ਗੱਲ ਦੂਜੀ ਵੀ ਬਲਜਿੰਦਰ ਜੀ ਗੱਲ ਉੱਥੇ ਆਈ ਨੇ ਮੁੜ ਕੇ, ਇੱਕ ਮਾਈ ਤਾਂ ਕਹਿੰਦੀ ਹੈਗੀ ਵੀ ਮੇਰੇ ਪੁੱਤ ਨੇ ਤਾਂ ਖੇਤੋਂ ਕੱਖ ਵੱਢ ਕੇ ਲਿਆਉਣੇ ਆ ਕੇ ਸੌਂ ਜਾਣੇ, ਇੱਕ ਮਾਈ ਕਹਿੰਦੀ ਮੇਰਾ ਪੁੱਤ ਤਾਂ ਪਹਿਲਵਾਨ ਬਣੇ, ਪਹਿਲਵਾਨ ਤਾਂ ਪਹਿਲਵਾਨ ਵਾਲੀ ਖੁਰਾਕ ਦੇਣੀ ਪਊ। ਇਹ ਜੇ 105 ਦਾ ਜੀ, ਬਈ 105 ਦਾ ਜਿੱਥੋਂ ਤੱਕ ਮੇਰਾ ਤਜਰਬਾ ਵੀ ਇਹ ਗਰਮ ਉਹਨੂੰ ਨਹੀਂ ਹਟਦੇ ਗੇ, ਤੁਸੀਂ ਕਰ ਦਿੰਦੇ ਹੋ ਸਹੀ ਇਹਨੂੰ? ਗੱਲ ਇਹ ਆ ਬਲਜਿੰਦਰ, ਕਸਟਮਰ ਸਾਡੇ ਹਿਸਾਬ ਨਾਲ ਚੱਲਣ ਵਾਲਾ ਹੋਵੇ, ਜੇ ਗਰਮ ਹੋ ਗਿਆ ਅਸੀਂ ਆਪਦਾ ਸਮਾਨ ਲਾ ਲਾਂਗੇ 5 ਦੇ ਬੋਰ 5 ਦੇ ਬੋਰ। ਮੈਂ ਰਾੜਾਂ ਦਿਖਾਉਣਾ ਗਾ, ਡਿਸਕ ਬ੍ਰੇਕ ਵਾਲੀਆਂ, ਲੋਕ ਵੀ ਰਾੜਾਂ ਪਾਉਂਦੇ ਨੇ, ਆਪਾਂ ਵੀ ਰਾੜ ਪਾਈ ਆ, ਦੇਖ ਸਪੈਸ਼ਲ ਰਾੜਾ ਦੇਖ ਪਈ ਇਹਨਾਂ ਝੋਟੇ ਦੀ ਧੌਣ ਵਰਗੀ, ਮਾੜੀ ਸੈਲਫ ਨਾਲ ਮਾੜਾ ਕੰਨ ਮਰੋੜਨ ਨਾਲ ਸਟਾਰਟ ਹੋਊ, ਫਿਰ ਆਪਣਾ ਕਰਿਆ ਹੋਇਆ ਧੂੰਆਂ ਨਹੀਂ ਮਾਰੂਗਾ, ਫਿਰ ਆਪਣਾ ਕੰਮ ਕਰਿਆ ਹੋਇਆ ਗਰਮ ਨਹੀਂ ਹੋਊਗਾ, ਫੁੱਲ ਕਝਾਈ ਕਰੂਗਾ ਤੇ ਘੱਟ ਡੀਜ਼ਲ ਨਾਲ ਕਰੂਗਾ। ਤੁਸੀਂ ਕਿਹਾ ਸੀ ਨਾ ਅਸੀਂ 70 HP ਦਾ ਕਰਤਾ ਥਾਲ ਬਣਾਤਾ 59 ਤੋਂ, ਤੁਸੀਂ ਇਹ ਗੱਲ ਕਹੀ, ਆਜੋ ਅੰਦਰ ਬੜਾ ਜੋ ਦਿਖਾਉਂਗੇ। ਹਾਂਜੀ ਮਿੱਤਰੋ, ਧਾਕੜ ਮਿਸਤਰੀ ਦਿਖਾਉਣੇ ਆ ਮਿੱਤਰੋ ਤੁਹਾਨੂੰ, ਧਨੌਲੇ ਵਾਲੇ ਬਈ 59 ਜਿਹੜਾ ਸਾਦਾ ਉਹਨੂੰ 70 HP ਦਾ ਕਰ ਦਿੰਦੇ ਆ, ਤੇ ਫੋਨ 'ਤੇ ਜਿਹੜਾ ਟਰੈਕਟਰ ਦੀ ਆਵਾਜ਼ ਪਛਾਣ ਕੇ ਦੱਸ ਦਿੰਦੇ ਆ ਵੀ ਕੀ ਇਹ 'ਚ ਪ੍ਰੋਬਲਮ ਆ ਜਾਂ ਕੀ ਕੁਛ ਹੋਇਆ ਹੈ ਨਾ। ਅਤੇ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਬਾਈਰ, ਇਹਨੂੰ ਡਾਕਟਰਾਂ ਦਾ ਖਿਤਾਬ ਦਿੱਤਾ ਸੀ, ਇਹ 59 ਦੇ ਡਾਕਟਰ ਆ, ਪੂਰੇ ਮਾਹ ਡਾਕਟਰ ਆ, ਸਾਰੇ ਟਰੈਕਟਰ 59 ਹੀ ਦਿਖਾਉਣੇ ਆ ਤੁਹਾਨੂੰ, ਆਜੋ ਮਿਲਾਉਣੇ ਬਾਈ ਗੁਰਜੰਟ ਧਨੌਲੇ ਨਾ, ਕੀ ਹਾਲ ਨੇ ਬਾਈ? ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਪਹਿਲਾਂ ਤੁਹਾਡਾ ਜੀ ਆਇਆ ਜੀ, ਜੀ ਸਾਡੇ ਇੱਥੇ ਗੁਰੂ ਨਾਨਕ ਟਰੈਕਟਰ ਵਰਕ ਸਾਹਿਬ ਦੇ ਵਿੱਚ ਪਹੁੰਚੇ ਜੀ, ਅਤੇ ਉਦੋਂ ਬਾਅਦ ਪੰਜਾਬ ਦੇ ਵਿੱਚ ਵੱਸਦੇ ਪੰਜਾਬੀਆਂ ਨੂੰ ਅਤੇ ਵਿਦੇਸ਼ਾਂ ਦੇ ਵਿੱਚ ਕੈਨੇਡਾ ਅਮਰੀਕਾ 'ਚ ਵੱਸਦੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਤੁਸੀਂ ਪਹਿਲਾਂ ਆਪਦੇ ਵੀਰ ਗੁਰਜੰਟ ਦਾ ਸਾਥ ਦਿੱਤਾ ਹੈਗਾ, ਇਸੇ ਤਰ੍ਹਾਂ ਹੀ ਹੁਣ ਵੀ ਆਪਣੇ ਭਰਾ ਗੁਰਜੰਟ ਦਾ ਸਾਥ ਦਿੰਦੇ ਰਿਹਾ ਕਰੋ। ਅੱਜ ਬਾਈ ਜੀ ਆਪਣੇ ਕੋਲ ਆਏ ਨੇ, ਜੋ ਸਵਾਲ ਪੁੱਛਣਗੇ ਉਹ ਸਵਾਲਾਂ ਦਾ ਜਵਾਬ ਆਪਾਂ ਦੇਵਾਂਗੇ ਅੱਜ। ਬਾਈ ਕੰਮ ਕਿਵੇਂ ਆ ਪਹਿਲਾਂ ਤਾਂ? ਕੰਮ ਤਾਂ ਬਾਈ ਐਂ ਦੱਸ ਲਾ ਵੀ NRI ਭਰਾਵਾਂ ਨੇ ਤੇ ਪੰਜਾਬੀਆਂ ਨੇ ਬਸ ਨਜ਼ਾਰਾ ਹੀ ਲਿਆ ਤਾ, ਉਹਦਾ ਕਹਿੰਦੇ ਵੀ ਇੱਕ ਟੋਕ ਕੇ ਤੁਹਾਡੇ ਨਾਲ ਖੜੇ ਆ ਜਾਂਦੇ, ਹਾਂ ਉਹਦਾ ਕਹਿੰਦੇ ਤੂੰ ਪਲਾਟ ਲੈ, ਠੀਕ ਹੈ ਅਸੀਂ ਪੈਸੇ ਅਸੀਂ ਭੇਜਦੇ। ਮੈਂ ਨਹੀਂ ਯਾਰ ਇੰਨਾ ਤਾਂ ਕਹਿੰਦੇ, ਮਤਲਬ ਜਿਹੜਾ ਮੈਂ ਡਾਕਟਰ ਦਾ ਖਿਤਾਬ ਦਿੱਤਾ ਸੀ ਸਹੀ ਖਿਤਾਬ ਦਿੱਤਾ? ਮੈਂ ਪੂਰਾ ਵਧੀਆ ਖਿਤਾਬ ਦਿੱਤਾ ਜੀ ਤੁਹਾਡੇ, ਅਸੀਂ ਖਿਤਾਬ ਦੇਣ ਤੇ ਜਿਹੜੀ ਤੁਸੀਂ ਜ਼ਿੰਮੇਵਾਰੀ ਓਟੀ ਸੀ ਸਾਡੇ ਨਾਮ ਦੇਣ ਦੀ, ਅਸੀਂ ਉਹਦੇ ਪੂਰੇ ਖਰੇ ਉਤਰੇ ਅੱਜ ਤੱਕ, ਅੱਗੇ ਵੀ ਪੂਰੇ ਖਰੇ ਉਤਰਾਂਗੇ, ਇਹ ਨਹੀਂ ਗੱਲ ਵੀ ਅੱਗੇ ਨਹੀਂ ਉਤਰਦੇ, ਅੱਗੇ ਵੀ ਪੂਰੇ ਖਰੇ ਉਤਰਾਂਗੇ। ਪਹਿਲੀ ਕਾਲ ਤੇ ਹਰੇਕ ਇਨਸਾਨ ਦਾ ਫੋਨ ਚੱਕਦੇ ਆ, ਅੱਜ ਤੱਕ ਕੋਈ ਵੀ ਬੰਦਾ ਕੰਮ ਕਰਾਉਣ ਤੋਂ ਬਾਅਦ ਇਹ ਨਹੀਂ ਕਹਿ ਸਕਦਾ ਵੀ ਤੁਸੀਂ ਸਾਨੂੰ ਸਾਡੀ ਗੱਲ ਨਹੀਂ ਸੁਣੀ ਜਾਂ ਸਾਡਾ ਕੰਮ ਨਹੀਂ ਕੀਤਾ ਗਾ। ਸਾਨੂੰ ਜੇ ਉਹਦਾ ਗਵਾਂਢੀ ਵੀ ਫੋਨ ਕਰਦੇ ਬੰਦਾ ਨੇ ਟਰੈਕਟਰ 'ਚ ਪ੍ਰੋਬਲਮ ਆ, ਅਸੀਂ ਉਹਦੇ ਫੋਨ 'ਤੇ ਵੀ ਉਹਨਾਂ ਦੇ ਘਰੇ ਪਹੁੰਚ ਦਿਆਂਗੇ। ਬਿਲਕੁਲ, ਆਪਦਾ ਇੱਥੋਂ ਵਾਲਾ ਕੰਮ ਛੱਡ ਦਿੰਦੇ ਹਾਂ, ਪਹਿਲਾਂ ਅਸੀਂ ਉੱਥੋਂ ਵਾਲੀ ਕੰਪਲੇਂਟ ਸੁਣਦੇ ਹਾਂਗੇ। ਬਿਲਕੁਲ, ਕਾਫੀ ਟਾਈਮ ਬਾਅਦ ਬਾਈ ਦੂਜੀ ਵੀਡੀਓ ਪਾ ਰਹੇ ਹਾਂ, ਅਤੇ ਮੇਰੀਆਂ ਵੀ ਕੁਛ ਸਵਾਲ ਆ ਜਿਹੜੇ ਮੇਰਾ ਪੁੱਛਣੇ ਆ ਬਾਈ ਤੋਂ, ਹੈ ਨਾ ਵੀ ਜਿਵੇਂ 105 ਦਾ ਬੋਰ ਹੋ ਜਾਂਦਾ ਉਹ ਗਾਹ ਪੁੱਛਦੇ ਆ, ਅਤੇ ਗਰਮ ਨਹੀਂ ਹੁਣ ਉਹ ਹਟਦੇ ਹੈ ਨਾ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਆਜੋ ਬ੍ਰੇਕਾਂ ਦਾ ਦਿਖਾ ਦਿੰਦੇ ਤੁਹਾਨੂੰ, ਬ੍ਰੇਕਾਂ ਦਾ ਵੀ ਦਿਖਾ ਦਿੰਦੇ ਹਾਂ, ਅਤੇ ਜਿਹੜੇ ਵੱਡੇ ਵੱਡੇ ਟਰੈਕਟਰ ਬਣਾਏ ਖੜੇ ਹੈਗੇ ਹੱਥੀਆਂ ਜਿਹੜੇ ਜਿਹੜੇ, ਹੈ ਨਾ ਇਹਨਾਂ ਬਾਰੇ ਗੱਲ ਵੀ ਬਾਤ ਕਰਾਂਗੇ। ਇਹ ਟਰੈਕਟਰ ਸਾਦਾ ਹੀ ਸੀਗਾ, 69 ਦੇ ਕੇ 65 ਬਾਈ ਸੀ? ਇਹ ਟਰੈਕਟਰ 69 ਸਾਦਾ ਹੀ ਸੀਗਾ ਜੀ। ਅੱਛਾ ਬਾਈ, ਇਹ ਆਪਾਂ ਨੇ 80 ਤੋਂ 90 HP ਕੀਤਾ ਗਾ, 80 ਤੋਂ 90 HP ਕੀਤਾ ਗਾ। ਇਹ ਫੌਜੀ ਭਰਾ ਦਾ ਟਰੈਕਟਰ ਆ, ਉਹਨੇ ਆਪਦੀ ਹੱਕ ਦੀ ਜਿਹੜੀ ਮਿਹਨਤ ਦੀ ਕਮਾਈ ਹੈ ਫੌਜ ਦੀ, ਉਹ ਲਾਈ ਹੈ ਟਰੈਕਟਰ ਦੇ ਉੱਤੇ ਉਹਨੇ, ਯਾਨੀ ਕਿ ਕਿਸਾਨੀ ਦੇ ਰਿਲੇਟਡ ਆਪਦੇ ਯਾਨੀ ਲਾਈ ਆ ਉਹਨੇ ਕਮਾਈ ਆਪਦੀ, ਕਿਸੇ ਫਾਲਤੂ ਜਗ੍ਹਾ ਕਮਾਈ ਨਹੀਂ ਉਹਨੇ ਖਰਾਬ ਕਰੀ ਬੰਦੇ ਨੇ। ਅੱਛਾ, ਬ੍ਰੇਕਾਂ ਦੀ ਗੱਲ ਕਰ, ਆ ਡਿਸਕ ਬ੍ਰੇਕ ਨੇਗੇ ਯਾਰ ਬਾਈ, ਇਹ ਮੈਂ ਸੁਣਿਆ ਕਈ ਥਾਂ ਕੰਪਲੇਂਟਾਂ ਆਉਂਦੀਆਂ, ਲੀਕ ਲੂਕ ਕਰ ਜਾਂਦੇ, ਇਹ ਤਾਂ ਨਹੀਂ ਕਰਦੇ ਬਾਈ ਜੀ? ਗੱਲ ਇੱਕ ਸੁਣ ਲਓ, ਜੇ ਸਾਡੇ ਬ੍ਰੇਕਰਾਂ ਦੀ ਕੰਪਲੇਂਟ ਆ ਜੇ ਤਾਂ ਅਸੀਂ ਉਹਦੀ ਇੱਕ ਠੋਕ ਕੇ ਗਰੰਟੀ ਲੈਂਦੇ ਹਾਂ ਵੀ ਤੁਹਾਡੀ ਹਰ ਮੁਸ਼ਕਲ ਦੇ ਵਿੱਚ ਨਾਲ ਖੜਾਂਗੇ। ਠੀਕ ਹੈ, ਬ੍ਰੇਕ ਸਾਡੇ ਕਰੇ ਹੋਏ ਲੀਕ ਹੋਣ, ਬ੍ਰੇਕ ਲੱਗਦੇ ਨਾ ਹੋਣ, ਸਾਡੀ ਜ਼ਿੰਮੇਵਾਰੀ ਹੈਗੀ। ਗਰੰਟੀ ਦਿੰਦੇ ਹੋ? ਫੁੱਲ ਗਰੰਟੀ ਦਿੰਦੇ ਹਾਂ, ਇੱਕ ਠੋਕ ਕੇ ਦਿੰਦੇ ਹਾਂ, ਨਾਲੇ ਉਹੀ ਕੱਚੀ ਨਹੀਂ ਪੋਲੀ ਪਤਲੀ ਜੀ ਗਰੰਟੀ ਨਹੀਂ ਦਿੰਦੇ, ਇੱਕ ਠੋਕ ਕੇ। ਜਿਵੇਂ ਤੈਨੂੰ ਉਦੋਂ ਬਿਆਸ ਐਡੀਟਰ ਦੀ ਕਿਹਾ ਸੀ, ਤੇਰਾ ਫੋਨ ਆਇਆ, ਤੈਨੂੰ ਕਿਹਾ ਵੀ 15 ਮਿੰਟ ਦੇ ਦੇ, 15 ਮਿੰਟ ਉਹਨਾਂ ਦੇ ਘਰੇ ਹੋਊਗਾ। ਠੀਕ ਹੈ, 15 ਮਿੰਟ ਤੋਂ 13 ਮਿੰਟ ਜਿਹਨਾਂ ਦੇ ਘਰੇ ਵੱਗ ਗਿਆ ਸੀਗਾ। ਠੀਕ ਹੈ, ਇਸ ਤਰ੍ਹਾਂ ਬਲਜਿੰਦਰ ਜਿਹੜੀ ਗੱਲ ਮੈਂ ਕਰੂੰਗਾ
ਉਹ ਮੈਂ ਵਜਨਦਾਰ ਗੱਲ ਕਰੂੰਗਾ, ਜਿੰਨਾ ਚਿਰ ਮੈਂ ਕੰਮ ਕਰੂੰਗਾ ਤਾਂ ਹਿੱਕ ਠੋਕ ਕੇ ਕੰਮ ਕਰੂੰਗਾ, ਨਹੀਂ ਮੈਂ ਕੰਮ ਛੱਡ ਦੂੰਗਾ। ਆਹ ਗੱਲ ਨੋਟ ਕਰ ਲਿਓ ਬਾਈ, ਹੈਨਾ, ਮੈਂ ਆਪਦੇ ਗੁਰੂ ਨੂੰ ਲਾਜ ਨਹੀਂ ਲਾਉਣੀ, ਠੀਕ ਆ, ਮੈਂ ਆਪਦੇ ਗੁਰੂ ਨੂੰ ਲਾਜ ਨਹੀਂ ਲਾਉਣੀ ਜਿਹਨੇ ਮੈਨੂੰ ਏਡੀ ਰੋਟੀ ਤੇ ਲਾਇਆ ਗਾ, ਠੀਕ ਆ। ਉਹਨੂੰ ਵੀ ਇੱਥੇ ਕਹਿੰਦੇ ਨੇ ਕਿੰਗ, ਕਹਿੰਦੇ ਆ ਧਨੌਲੇ ਦੇ ਵਿੱਚ, ਲੀਲਾ ਫੋਰਮੈਨ ਕਹਿੰਦੇ ਹੈਗੇ, ਕੋਈ ਕੱਚਾ ਵਪਾਰੀ ਉਹ ਵੀ ਨਹੀਂ ਹੈਗਾ ਜਿਹਦਾ ਮੈਂ ਚੰਡਿਆ ਹੋਇਆ ਗਾ ਬਲਜਿੰਦਰ, ਜਿਵੇਂ ਤੂੰ ਚੰਡਿਆ ਹੋਇਆ ਨਾ ਕਿਸੇ ਗੁਰੂ ਦਾ, ਮੈਂ ਵੀ ਪੂਰਾ ਚੰਡਿਆ ਹੋਇਆ ਬੋਲਾਂ। ਆ ਜਾਓ, ਤੁਹਾਨੂੰ ਗਾਹਾਂ ਡਾਹ ਦਿਆ, ਤੁਸੀਂ ਦੇਖ ਲਿਆ ਟਰੈਕਟਰ ਸਾਰਾ, ਹੁਣ ਇਹਦੇ ਤੁਹਾਨੂੰ ਇੱਕ ਹੋਰ ਦੱਸ ਦਿੰਦੇ ਹਾਂ। ਚਲੋ ਕਰੀ ਮਿਸਤਰੀ ਸਪਾਹੀ ਸਾਰੇ ਸਾਰੇ ਕਰਦੇ ਨੇ ਆਪਦੀ ਜਗ੍ਹਾ, ਸਾਰੇ ਜ਼ੋਰ ਲਾਉਂਦੇ ਨੇ, ਆਪਾਂ ਇਹਦੇ ਸਾਈਡ 'ਤੇ ਵੀ ਪੰਪ ਕੱਢਿਆ ਹੈਗਾ। ਇਹ ਲਿਫਟ ਵਾਲਾ ਪੰਪ, ਇਹ ਲਿਫਟ ਵਾਲਾ ਟਰਾਲੀ ਵਾਸਤੇ ਇਹ ਪੰਪ ਆ, ਇਹਦੀ ਸਪਲਾਈ ਜਾਂਦੀ ਹੈ ਬਲਜਿੰਦਰ, ਇਹ ਜਿਹੜਾ ਆਪਦੇ ਹੱਥੀਂ ਆਪਾਂ, ਠੀਕ ਹੈ ਬਾਈ, ਇਹ ਉਹ ਕਰ ਦੇਵਾਂਗੇ, ਆਹ ਦੇਖ ਸਕਦੇ ਹੋ, ਡਿਸਟ੍ਰੀਬਿਊਟਰ ਵੀ ਬਾਹਰ ਕੱਢਦਾ, ਹਾਂ ਆਹ ਦੇਖੋ ਲੀਵਰ ਨੂੰ ਹੱਥ ਲੱਗਦਾ, ਦੇਖੋ ਤੁਸੀਂ ਕਿਉਂ ਕੱਢਿਆ ਬਾਈ, ਕਾਰਨ ਕੀ ਰਿਹਾ ਇਹਦਾ? ਇਹ ਬਾਈ ਜਿਹੜਾ ਪ੍ਰੋਬਲਮ ਹੈਗਾ ਵੀ ਡਿਸਕ ਬ੍ਰੇਕਾਂ ਦਾ ਤੇਲ ਖਰਾਬ ਹੋ ਜਾਂਦਾ ਗਾ, ਇਹ ਡਿਸਕ ਬ੍ਰੇਕਾਂ ਦੇ ਤੇਲ ਦੇ ਕਾਰਨ ਇਹ ਬਾਈ ਕਹਿੰਦਾ ਵੀ ਇਹ ਡਿਸਕ ਬ੍ਰੇਕ ਕਰਾਉਣੇ ਆ ਤਾਂ ਵੀ ਸਾਡੇ ਸਾਈਡ 'ਤੇ ਹੀ ਕੱਢਦੇ ਸਾਰਾ। ਆਹ ਜੈਕ ਲਾਉਣ ਦਾ ਕੀ ਕਾਰਨ ਹੈ ਬਾਈ? ਜੈਕ ਲਾਉਣ ਦਾ ਜਿਹੜੀ ਸਮੱਸਿਆ ਸੀਗੀ ਵੀ ਕਪੈਸਿਟੀ ਘੱਟ ਹੈਗੀ ਲਿਫਟਾਂ ਦੀ, ਪਹਿਲਾਂ ਤਾਂ ਨਾਟਕਰਾਂ ਦੀ ਹੈ ਹੀ ਫੁੱਲ ਹੈਗੀ, ਠੀਕ ਹੈ ਬਾਈ। ਚਲੋ ਫਿਰ ਵੀ ਕਿਸੇ ਦੇ ਮਨ ਦੇ ਵਿੱਚ ਵਹਿਮ ਸੀਗਾ, ਹਾਂਜੀ ਹਾਂਜੀ ਹਾਂਜੀ, ਉਹ ਵਹਿਮ ਵੀ ਆਪਾਂ ਕੱਢਤਾ, ਜੈਕ ਲਾਤਾ, ਠੀਕ ਹੈ। ਜੈਕ ਵੀ ਹੋਲੈਂਡ ਵਾਲਾ ਲਾਇਆ ਵੀ, ਉਹ ਲਾਂਡੂ ਪੰਜੂ ਜਾਂ ਨਹੀਂ ਲਾਇਆ ਵੀ ਭਾਵੇਂ ਦੀ 2 ਸਾਲਾਂ ਬਾਅਦ ਇਹਦੀ ਪਾਲਸੀ ਜੀ ਲੈ ਜੂਗੀ, ਠੀਕ ਹੈ। ਗਰੰਟੀਦਾਰ ਜੈਕ ਲੱਗਿਆ ਹੋਇਆ ਪੂਰਾ ਹੈ ਵੀ, ਇਹੀ ਹੋਲੈਂਡ ਦੇ ਕੰਮ ਕਰਦੇ ਆ, ਮੈਂ ਜਿਹੜਾ ਕੰਮ ਕਰਾਂਗੇ ਪੱਕਾ ਕਰਦੇ ਆ ਲੋਕ। ਇੱਕ ਤੁਸੀਂ ਹੋਰ ਚੀਜ਼ ਲਾਈ ਸੀ ਮੂਹਰੇ, ਜਿਵੇਂ ਲੈਫਟ ਦਾ ਪੰਪ ਲਾਇਆ ਸੀਗਾ, ਇਹਦੇ ਨਾਲ ਜਿਹੜੀ ਲੈਫਟ ਚੱਕਣ ਦੀ ਸਪੀਡ ਵੱਧਦੀ ਆ ਫਿਰ? ਫੁੱਲ ਵੱਧਦੀ ਆ ਬਲਜਿੰਦਰ, ਫੁੱਲ। ਇੱਕ ਤੁਹਾਨੂੰ ਹੋਰ ਦੱਸ ਦਿੰਦੇ ਹਾਂ, ਲੋਕ ਤਾਂ ਜੰਗਲਾਂ ਦੇ ਉੱਤੇ ਕੋਠੀ ਤੇ ਜਾ ਕੇ ਪੈਸਾ ਲਾਉਂਦੇ ਨੇ, ਅਸੀਂ ਨਿਉਂ ਤੇ ਪੈਸਾ ਲਾ ਕੇ ਚੱਲਦੇ ਹਾਂਗੇ, ਠੀਕ ਹੈ। ਪੱਕੀ ਨਿਉਂ ਪੂਰੀ ਵਧੀਆ ਬਣਾ ਲਈ, ਥੱਲੋਂ ਸਰੀਆ ਤੇ ਪਲਾਸਟਰ ਪੂਰਾ ਫੁੱਲ ਪਾ ਕੇ, ਠੀਕ ਹੈ, ਥੱਲੋਂ ਨਿਉਂ ਭਰ ਕੇ ਲਿਜਾਂਦੇ ਵੀ ਸਾਡਾ ਮਕਾਨ ਦੀ ਨਿਉਂ ਭਰੀ ਹੋਈ ਤੇੜ ਨਹੀਂ ਆ ਸਕਦੀ, ਇਹ ਗਰੰਟੀ ਹੈਗੀ। ਆਪਾਂ ਇੱਧਰ ਵੀ ਦਿਖਾ ਦਈਏ ਟਰੈਕਟਰ, ਮੈਨੂੰ ਨਾ ਇੱਕ ਹੋਰ ਆ, ਜਿਵੇਂ ਸਾਦਾ ਤੁਸੀਂ ਕਿਹਾ ਸੀ ਨਾ ਅਸੀਂ 70 HP ਦਾ ਕਰਤਾ ਥਾਲ ਬਣਾਤਾ 911 ਤੋਂ, ਹਾਂਜੀ ਹਾਂ, ਤੁਸੀਂ ਇਹ ਗੱਲ ਕਹੀ ਸੀ, ਆਜੋ ਅੰਦਰ, ਬੜਾ ਜੋ ਦਿਖਾਉਂਗੇ, ਆਜੋ ਆਜੋ, ਗੱਲ ਨਹੀਂ ਜਿਹੜੀ ਗੱਲ ਕਹੀ ਦੀ ਤੁਹਾਨੂੰ ਵਜਨਦਾਰ ਗੱਲ ਹੈਗੀ, ਉਹ ਗਰਮ ਹੁੰਦਾ ਹੋਊਗਾ, ਹਾਲੇ ਮੇਰਾ ਭਰਾ ਜਗਤਾਰ ਲੱਗਿਆ ਪਿਆ ਇੰਜਨ ਬੰਨਣ, ਹਾਂ, ਇਹ ਮਾਤਾ ਪੁੱਤ ਕੋਈ ਵੀਡੀਓ ਬਣੀ ਜਾਵੇ ਕੁਝ ਹੋਈ ਜਾਵੇ, ਆਪਦੇ ਕੰਮ 'ਤੇ ਹੀ ਰਹਿੰਦਾ ਹੈਗਾ, ਇਹ ਕੰਮ 'ਚ ਹੀ ਮਸਤ ਰਹਿੰਦਾ ਬਸ, ਇਹ ਸਾਦਾ ਹਨਾ ਵੱਡੇ ਗਵਰਨਰ ਵਾਲਾ ਆ ਗਿਆ, ਹਾਂ, ਇਹ ਆਪਾਂ ਨੇ ਇਹਦੇ ਇੱਕ ਆਉਣੀ ਹੈਗੀ ਪਾਵਰ ਕਟਾਈ ਲਾਉਣੀ ਹੈਗੀ, ਹਾਂ, ਅਤੇ ਇੱਕ ਸਾਦਾ ਕਰਨਾ, ਇਹ ਤਕਰੀਬਨ ਤੁਹਾਡੇ ਦੋਸਤ ਦਾ ਟਰੈਕਟਰ ਹੈਗਾ, ਉਹ ਬਾਈ ਦਾ ਤਾਂ ਨਹੀਂ, ਹਾਂ, ਉੱਥੋਂ ਬਾਹਰ ਆਏ ਬਾਈ, ਇਹਦਾ ਨਾਮ ਪਤਾ ਨਹੀਂ ਅਮਨ ਕੀ ਨਾਮ ਲੈਂਦੇ ਮੈਂ ਯਾਦ ਨਹੀਂ ਹੁਣ, ਅਤੇ ਆਹ ਟਰੈਕਟਰ ਇਹਦਾ ਬਾਈ ਦਾ ਇੱਧਰ ਖੜਾ ਗਾ ਬਾਈ, ਆਹ ਕਰ ਲਾ ਨੋਟ ਤੇਰੇ ਵਾਲਾ ਟਰੈਕਟਰ, ਠੀਕ ਆ, ਆਹ ਟਰੈਕਟਰ ਖੜਾ ਗਾ, ਪਹਿਲਾਂ ਤਾਂ ਉਹ ਕਹਿੰਦਾ 2000 ਦੀ 3000 ਦੀ ਤਰਪਾਲ ਲਿਆ ਮੇਰੇ ਟਰੈਕਟਰ ਦੇ ਉੱਤੇ ਪਾ ਦੇ, ਕਹਿੰਦਾ ਝਰੀਟ ਨਹੀਂ ਵੱਜਣੀ ਚਾਹੀਦੀ, ਠੀਕ ਆ, ਅਤੇ ਇਹ ਸਿੰਪਲ ਕਰਿਆਗਾ, ਇਹ ਕਹਿੰਦਾ ਵੀ ਪੈਸੇ ਚਾਹੇ ਜੇ ਤੂੰ ਹੋਰ ਟਰੈਕਟਰ ਦੇ 1 ਲੱਖ ਰੁਪਇਆ ਲਵਾਉਣਾ ਮੇਰੇ ਟਰੈਕਟਰ ਦੇ 2 ਲੱਖ ਲਵਾ ਦੇ, ਪਰ ਰੱਖੀ ਸਿੰਪਲ ਆ, ਇੱਕ ਰੰਗ ਨਾ ਲੈਣ ਦੀ ਕਿਤੋਂ ਵੀ, ਠੀਕ ਹੈ, ਤੁਸੀਂ ਐਂ ਦੱਸੋ ਵੀ ਆਪਾਂ ਇੰਜਨ ਬੰਨਤਾ ਸਾਰਾ, ਤੁਹਾਨੂੰ ਰੰਗ ਲਿਆ ਦੀ ਨਾ ਦੱਸੋ, ਨਹੀਂ ਤੁਸੀਂ ਦਿਖਾ ਦਿਓ ਫਿਲਟਰ ਵਾਡੀ ਤੋਂ ਪੰਪ ਤੋਂ ਬਲਾਕ ਤੋਂ, ਤੁਸੀਂ ਕਿਤੇ ਵੀ ਦਿਖਾ ਦਿਓ, ਉੱਤੋਂ ਦੀ ਗੇੜਾ ਦੇ ਕੇ ਦੇਖ ਲਓ, ਆਹ ਦੇਖੋ ਲੈ ਵੀ ਜਾਂਦੇ ਹੁੰਦੇ ਤੁਹਾਡੇ ਟਰੈਕਟਰ, ਤੇ ਮੰਨ ਕੇ ਚੱਲ ਜਿਵੇਂ ਹਨਾ ਉਹਦਾ ਕੰਮ ਆਪਦਾ ਕਰਦਾ, ਜਿਵੇਂ ਹੋਰ ਉਹਦੇ ਦੇਖਿਆ ਮੈਂ, ਫਿਟਿੰਗ ਫੁਟਿੰਗ ਬਹੁਤ ਵਧੀਆ ਹੁੰਦੀ ਹੈ, ਸਹੀ ਗੱਲ ਹੈ ਬਲਜਿੰਦਰ, ਜਿੰਨੇ ਚਿਰ ਕੰਮ ਕਰਾਂਗੇ ਤੂੰ ਅੱਜ ਸਾਡੀ ਵੀਡੀਓ ਪਾ ਦਿੱਤੀ, ਤੂੰ ਐਂ ਦੇਖ ਲੈ ਵੀ ਤੈਨੂੰ ਅਸੀਂ ਨੀਵਾਂ ਨਹੀਂ ਸਾਰੀ ਉਮਰ ਦੇਖਣ ਦੇਵਾਂਗੇ, ਤੈਨੂੰ ਇਹ ਨਹੀਂ ਕਹਿ ਸਕਦਾ ਕੋਈ, ਇਹ ਕਿੰਨੇ ਹਾਰਸ ਪਾਵਰ ਦਾ ਹੁਣ ਇਹ 70 HP ਕਰਤਾ ਬਲਜਿੰਦਰ, ਆਪਾਂ ਪਹਿਲਾਂ ਤਾਂ ਮਤਲਬ 60 ਕਾ ਕਹਿੰਦੇ ਨੇ ਨਾ, ਆਪਾਂ ਪਹਿਲਾਂ 60 ਉਹ ਜਦੋਂ ਇਹ ਥੋੜਾ ਜਿਹਾ ਵਿਚਾਰਾ ਤੈਨੂੰ ਪਤਾ ਬੜਾ ਆਪਾਂ ਜਿਹਾ ਲਿਆਉਂਦੇ ਨੇ ਲੋਕ, ਇਹਦੇ ਪੈਸਾ ਘੱਟ ਲਾਉਂਦੇ ਸੀ, ਹੁਣ ਲਾਉਣ ਲੱਗੇ ਨੇ, ਉਹਦਾ 50 HP ਰਹਿ ਜਾਂਦਾ ਸੀਗਾ, ਠੀਕ ਹੈ, ਕਿਉਂਕਿ ਉਹ ਤੈਨੂੰ ਪਤਾ ਫਿਰ ਇਹਦੇ ਕੋਈ ਨਾ ਕੋਈ ਕਿਤੇ ਡੀਜ਼ਲ ਕਿਤੋਂ ਪਾਤਾ, ਕਿਤੇ ਕਿਤੋਂ ਪਾਤਾ, ਇਹਦੀ ਸਮਾਈ ਜੀ ਘੱਟ ਸੀ, ਹੁਣ ਇਹਦੀ ਸਮਾਈ ਰੱਖਣ ਲੱਗੇ ਨੇ, ਠੀਕ ਹੈ, ਹੁਣ ਇਹ ਪੂਰੀ ਦਿਆ ਕਰੂ, ਫੁੱਲਾਂ ਪੇਕਅਪ ਤਾਂ ਨਹੀਂ, ਐਂ ਮੰਨ ਲਾ ਵੀ ਬਲਜਿੰਦਰ ਥਾਰ ਗੱਡੀ ਵਾਂਗੂ ਚੱਲੂਗਾ ਇਹ, ਇੰਨੀ ਪੇਕਅਪ ਹੋਊਗਾ ਇਹ ਟਰੈਕਟਰ ਦੀ, ਯਕੀਨ ਨਾਲ ਕਹਿੰਦਾ, ਥਾਰ ਲਿਖ ਦਈਏ ਆਪਾਂ, ਰੌਕਸ ਲਿਖ ਦਈਏ, ਲਿਖ ਦਿਓ ਜੋ ਮਰਜ਼ੀ ਲਿਖ ਦਿਓ, ਮੂਸੇ ਵਾਲੇ ਦਾ ਨਾਮ ਲਿਖ ਦਿਓ ਚਾਹੇ ਦੇ ਉੱਤੇ, ਧੂੰਆਂ ਬਾਈ, ਹਾਂ ਧੂੰਆਂ, ਧੂੰਆਂ ਤਾਂ ਐਂ ਲਾ ਬਲਜਿੰਦਰ,
ਵੀ ਆਪਾਂ ਇਹਦਾ ਗਾਇਬ ਹੀ ਕਰਤਾ ਤੇ ਗਵਾਂਢੀਆਂ ਦੇ ਟਰੈਕਟਰ ਦਾ ਵੀ ਚੱਕਤਾ ਧੂਆਂ ਤਾਂ। ਅੱਛਾ ਬਾਈ, ਹਾਂ ਗਰੰਟੀਆਂ ਪ੍ਰਭਾਵ ਪਊਗਾ ਇਹ ਚਲਾ ਕੇ ਦਿਖਾਉਣਾ ਤਾਂ। ਇਹ ਅਸੀਂ ਤਾਂ ਇੱਥੋਂ ਡਰਦੀ ਇਹਦੇ ਜ਼ੋਰ ਲਾਈ ਜਾਂਦੇ ਹਾਂਗੇ, ਤੇਰੇ ਦੋਸਤ ਦਾ ਟਰੈਕਟਰ ਉਹਨੇ ਤੈਨੂੰ ਸੱਦਣਾ ਹੈਗਾ। ਨਹੀਂ ਨਹੀਂ ਕੋਈ ਨਾ ਆਪਾਂ, ਹਾਂ ਇਹਦੀ ਪਰਫਾਰਮੈਂਸ ਜਿਹੜੇ ਲੋਕ ਕਹਿੰਦੇ ਸੀ ਵੀ ਅਸੀਂ ਸੈਂਪਲ ਟਰੈਕਟਰ ਰੱਖਣਾ ਜੀ, ਹਾਂ ਬਲਜਿੰਦਰ ਜੀ ਠੀਕ ਹੈ, ਪਾਵਰ ਵੀ ਵਧਾਉਣੀ ਆ, ਪਾਵਰ ਵੀ ਵਧਾਉਣੀ ਆ। ਇਹ ਗਿਫਟ ਆਪਾਂ ਉਹਨਾਂ ਖਾਤਰ ਲੈ ਕੇ ਆਏਗੇ, ਇਹ ਤੋਂ ਪਹਿਲਾ ਟਰੈਕਟਰ ਆਪਣਾ ਜਿਹੜਾ ਉਹ ਚੱਲਦਾ ਹੈਗਾ ਅੰਬਾਲੇ ਦੇ ਵਿੱਚ, ਅੰਬਾਲੇ ਦੇ ਵਿੱਚ, ਹਾਂ ਅੰਬਾਲੇ ਦੇ ਵਿੱਚ ਚੱਲਦਾ ਗਾ। ਦੂਜਾ ਟਰੈਕਟਰ ਆਪਣਾ ਇਹ ਹੈਗਾ, ਕਿਉਂਕਿ ਇਸ ਤਰ੍ਹਾਂ ਪੈਸੇ ਕੋਈ ਕੋਈ ਬੰਦਾ ਲਾਉਂਦਾ ਗਾ। ਠੀਕ ਹੈ ਬਾਈ, ਇਹ ਆਏ ਆ ਜੀ ਗੱਲ ਪਹਿਲਾਂ, ਪਹਿਲੀ ਗੱਲ ਇੱਧਰ ਜੀ ਮਾੜਾ ਜਿਹਾ ਵੀਡੀਓ ਵਾਲੇ ਮੈਂ ਤੁਹਾਨੂੰ ਇੱਧਰ ਕਰਿਓ ਜੀ ਮਾੜੀ ਜੀ। ਸਭ ਤੋਂ ਪਹਿਲਾਂ ਕੀ ਹੁੰਦਾ, ਜੋ ਸੀਟ 'ਤੇ ਬਹਿੰਦਾ ਗਾ ਡਰਾਈਵਰ ਉਹ ਸੈਲਫ ਮਾਰਦਾ ਗਾ, ਜੇ ਉਦੋਂ ਸੈਲਫ ਨਾ ਮਾਰੇ ਤੋਂ ਸਟਾਰਟ ਹੋਵੇ ਸਮਝ ਲਓ ਵੀ ਉਹਦਾ ਮੂਡ ਖਰਾਬ ਹੋ ਗਿਆ, ਉਹ ਖਿੱਚ ਜਾ ਕੇ ਵਧੀਆ ਵਾਹੀ ਨਹੀਂ ਕਰਦਾ, ਆਪਣਾ ਕਰਿਆ ਹੋਇਆ ਪਹਿਲਾਂ ਦਾ ਸੈਲਫ ਆਏ ਮਾੜੀ ਜਿਹੀ ਸੈਲਫ ਨਾ, ਮਾੜਾ ਕੰਨ ਮਰੋੜ ਨਾਲ ਸਟਾਰਟ ਹੋਊ, ਫਿਰ ਆਪਣਾ ਕਰਿਆ ਹੋਇਆ ਧੂੰਆਂ ਨਹੀਂ ਮਾਰੂਗਾ, ਫਿਰ ਆਪਣਾ ਕੰਮ ਕਰਿਆ ਹੋਇਆ ਗਰਮ ਨਹੀਂ ਹੋਊਗਾ, ਫੁੱਲ ਖਚਾਈ ਕਰੂਗਾ ਤੇ ਘੱਟ ਡੀਜ਼ਲ ਨਾਲ ਕਰੂਗਾ। ਇਹ ਵੀ ਨਾਲ ਇਹ ਨਹੀਂ ਹੈਗਾ ਵੀ ਡੀਜ਼ਲ ਹੀ ਖਾਈ ਜਾਊਗਾ, ਘੱਟ ਡੀਜ਼ਲ ਨਾਲ, ਘੱਟ ਐਵਰੇਜ ਤੁਸੀਂ ਦੇਖਿਆ ਤਾਂ ਸਹੀ ਐਵਰੇਜ ਦਿੰਦਾ। ਅੱਛਾ, ਤੁਸੀਂ ਤਾਂ ਇਹ ਕਹੋਗੇ ਵੀ ਡੀ ਆਈ ਐਲ ਲਾ ਦਿਓ, ਇਹ ਲਾ ਦਿਓ, ਲੈ ਵੀ ਹੁਣ ਫਿਰ ਤੁਹਾਨੂੰ ਹੋਰ ਦੱਸ ਦਿੰਦੇ, ਇੱਕ ਸਾਡਾ ਕਰਿਆ ਹੋਇਆ ਬਲੋ ਨਹੀਂ ਮਾਰੂਗਾ ਤੇ ਨਾਲ ਮਕਲੈਲ ਵੀ ਨਹੀਂ ਖਾਂਦਾ ਗਾ, ਇਹ ਵੀ ਨਾਲ ਹੈਗਾ। ਆਹ ਕੁਛ ਆ ਬਾਈ ਯਾਰਾਂ ਕੋਲੇ ਹਨਾ, ਸਹੂਲਤਾਂ ਕਹਿ ਸਕਦੇ ਆ, ਇਹਨਾਂ ਕੋਲੇ ਤਜਰਬੇ ਆ ਬਾਈ, ਆਹ ਦੇਖ ਸਕਦੇ ਬਲਜਿੰਦਰ ਜੀ, ਹੁਣ ਤਾਂ ਤੁਹਾਨੂੰ ਟਾਈਮ ਤਾਂ ਲੱਗੀ ਜਾਂਦਾ, ਇੱਧਰ ਪੈਪਾਂ ਨੇ ਆ ਪਈਆਂ ਨੇਗੀਆਂ, ਇਹ ਪਾਵਰ ਸਟੀਅਰਿੰਗ ਦੀ ਕਿੱਟ ਆ ਗਈ, ਇਹ ਪਾਵਰ ਸਟੀਅਰਿੰਗ ਦੀ ਕਿੱਟ ਆ ਗਈ ਸਾਰੀ ਫੁੱਲ ਆ, ਤੇ ਉਧਰਲੀ ਸਾਈਡ ਤੇ ਆ ਜਾਓ, ਤੁਹਾਨੂੰ ਉਹ ਦਿਖਾਉਣੇ ਡਿਸਕ ਬ੍ਰੇਕ ਵਾਲੀਆਂ ਪਾਈਪਾਂ ਵੀ ਬਣਾ ਲਈਆਂ ਆਪਾਂ ਨੇ, ਆ ਦੇਖੋ ਠੀਕ ਆ, ਤੇ ਇਹਦਾ ਸਰਕਲ ਸਾਰੇ ਚੱਲਦਾ ਰਹਿੰਦਾ, ਹਾਂ ਫੁੱਲ ਠੀਕ ਆ ਬਾਈ। ਤੇ ਜੇ ਰਾੜਾਂ ਦੀ ਗੱਲ ਕਰੀਏ ਆਪਾਂ, ਹੁਣ ਮੈਂ ਰਾੜਾਂ ਦਿਖਾਉਣਾਗਾ ਡਿਸਕ ਬ੍ਰੇਕ ਵਾਲੀਆਂ, ਲੋਕ ਵੀ ਰਾੜਾਂ ਪਾਉਂਦੇ ਨੇ ਆਪਾਂ ਵੀ ਰਾੜ ਪਾਈ ਆ, ਦੇਖ ਸਪੈਸ਼ਲ ਰਾੜਾ ਦੇਖ ਪਈ ਇਹਨਾਂ ਝੋਟੇ ਦੀ ਧੌਣ ਵਰਗੀ, ਬਾਈ ਯਾਰ ਇਹ ਤਾਂ ਨਾ ਸਿਰਾ ਹੀ ਲਾਈ ਜਾਂਦਾ ਗੱਲਾਂ ਬਾਤਾਂ 'ਚ ਵੀ ਹਨਾ, ਨਾ ਫਿਰ ਸਹੀ ਗੱਲ ਆ ਬਲਜਿੰਦਰ, ਝੂਠ ਨਹੀਂ ਆ, ਪੰਚਾਇਤ ਬੈਠੀ ਆ 50 ਬੰਦੇ ਬੈਠੇ ਨੇ, ਜਾਂ ਕਹਿ ਦੇਣ ਵੀ ਮਿਸਤਰੀ ਝੂਠ ਬੋਲਦਾ ਤੁਹਾਡੇ ਪਿੱਛੇ ਪਿੰਡ ਪਾਈ ਆ, ਇਹ ਵੀ ਡਿਸਕ ਬ੍ਰੇਕ ਕਰਿਆਗਾ 11 ਬਾਈ, ਆਪਣੇ ਕੋਲ ਵੀ ਜਿੰਨੀ 11 ਦੀ ਦਿੱਕਤ ਸੀਗੀ ਜਾਂ ਬ੍ਰੇਕਾਂ ਦੀ ਆ ਗਈ ਤੇ ਜਾਂ ਲੈਫਟ ਵਾਲੀ ਸਲੋ ਵਾਲੀ ਆ ਗਈ, ਉਹ ਸਾਰੀਆਂ ਕੱਢਤੀਆਂ, ਉਸ ਤੋਂ ਬਾਅਦ ਤਾਂ ਮੈਨੂੰ ਲੱਗਦਾ ਇੰਜਣ 'ਚ ਤਾਂ ਕੋਈ ਦਿੱਕਤ ਹੋਣੀ ਨਹੀਂ ਸੀ ਇਹਦੇ ਹਨਾ। ਆਪਾਂ ਮੂਹਰਲੀ ਹੁੱਕ ਤੋਂ ਲੈ ਕੇ ਮਗਰਲੀ ਹੁੱਕ ਤੱਕ ਬਲਜਿੰਦਰ ਕੰਮ ਕਰ ਦੇਗੇ, ਪੂਰਾ ਸਿਰੇ ਦਾ ਕੰਮ ਕਰ ਦੇਗੇ। ਇੱਧਰ ਦੇਖ ਲਓ, ਆ ਜਾਓ ਇੱਧਰ, ਆਇਆ ਜਗਤਾਰ ਦੇਖੀ, ਆਹ ਟਰੈਕਟਰ ਦੀ ਜੀ ਫੀਟਿੰਗ ਹੋਈ ਦੇਖੋ, ਠੀਕ ਆ ਫੀਟਿੰਗਾਂ, ਤੁਸੀਂ ਤਾਂ ਤੁਰੇ ਆ, ਤੁਸੀਂ ਤਾਂ ਕਿੰਗ ਹੋ ਇਹ ਕੰਮ ਦੇ, ਤੁਹਾਨੂੰ ਤਾਂ ਪਤਾ ਵੀ ਲੋਕ ਕਿਵੇਂ ਕਰਦੇ, ਤੁਸੀਂ ਫੀਟਿੰਗ 'ਚ ਨੁਕਸ ਦਿਖਾਓ, ਸਹੀ ਗੱਲ ਆ ਫਿਟਿੰਗ ਬਹੁਤ, ਫਿਰ ਤੁਸੀਂ ਸਾਡਾ ਆਲਮੀ ਡੋਲ, ਅਸੀਂ ਰੰਗ ਜਾਂ ਨਹੀਂ ਮਾਰਿਆ, ਇਸੇ ਮਾਰਕੇ ਨਹੀਂ ਮਾਰਿਆ ਵੀ ਲੋਕਾਂ ਨੂੰ ਪਤਾ ਲੱਗੇ ਵੀ ਚੀਜ਼ ਲੱਗੀ ਹੋਈ ਹੈ ਜਾਂ ਨਾ ਲੱਗੀ ਹੋਈ ਹੈ, ਕੰਪਨੀ ਦਾ ਇਹ ਬਾਈ ਡਾਇਨਾ ਬੋਸ ਦਾ, ਠੀਕ ਆ ਤੁਸੀਂ ਤਾਂ ਤੁਹਾਡੀ ਤਾਂ ਅੱਖ ਦੱਸਦੀ ਆ, ਤੁਸੀਂ ਮੈਥੋਂ ਤਾਂ ਉਹੀ ਪੁੱਛੀ ਜਾਂਦੇ ਹੋ ਬਾਈ, ਦੱਸਣਾ ਦੱਸਣਾ ਹੀ ਆ ਨਾ, ਤੁਹਾਨੂੰ ਕਿ ਨਹੀਂ ਦੱਸਣਾ, ਤੁਹਾਨੂੰ ਸਾਰਾ ਪਤਾ, ਜੇ ਮਾੜਾ ਜਿਹਾ ਪੁਆਇੰਟ ਮੈਂ ਉਹ ਕਰੂੰਗਾ ਲੀਕ ਨਾਲ ਦੀ ਨਾਲ ਤੁਸੀਂ ਦੱਸੋਗੇ ਵੀ ਇੱਥੇ ਤੂੰ ਗਲਤ ਚੱਲ ਰਿਹਾ, ਆਹ ਤਾਂ ਬਾਈ ਹੋ ਗਿਆ ਸਿੰਪਲ ਹਨਾ, ਇਹ ਸਿੰਪਲ ਆ ਜੀ, ਇਹ ਮੋਹਾਲੀ ਤੋਂ ਆਇਆ ਹੋਇਆ ਟਰੈਕਟਰ, ਮੋਹਾਲੀ ਤੋਂ ਆਇਆ, ਹਾਂ ਹੁਣ ਮੈਂ ਗੱਲ ਇਹ ਕੀਤੀ, ਇਹ ਬਾਈ ਦਾ ਦੂਜੀ ਵਿੱਚ ਪਾਇਆ ਸੀਗਾ, ਦੂਜੀ ਆ ਕੈਨੇਡਾ ਦੀ ਗੱਲ ਕਰਦੇ ਜੀ, ਕੈਨੇਡਾ ਜਾਣਾ ਟਰੈਕਟਰ ਆਪਣਾ, ਆਹ ਬਾਈ ਹਾਂ ਟਰੈਕਟਰ ਕੈਨੇਡਾ ਜਾਣਾ, ਇਹ ਤਿਆਰ ਹੋ ਜਾਂਦਾ ਹਲੇ, ਕਿੰਨੇ ਦਾ ਬੋਰ ਇਹਦੇ ਚ ਬਾਈ, ਇਹ ਜੇ 105 ਦਾ ਜੀ ਬਾਈ, 105 ਦਾ ਜਿੱਥੋਂ ਤੱਕ ਮੇਰਾ ਤਜਰਬਾ ਵੀ ਇਹ ਗਰਮ ਉਹਨੂੰ ਨਹੀਂ ਹਟਦੇਗੇ, ਤੁਸੀਂ ਕਰ ਦਿੰਦੇ ਹੋ ਸਹੀ ਇਹਨੂੰ, ਗੱਲ ਇਹ ਆ ਬਲਜਿੰਦਰ, ਕਸਟਮਰ ਸਾਡੇ ਹਿਸਾਬ ਨਾਲ ਚੱਲਣ ਵਾਲਾ ਹੋਵੇ, ਜੇ ਗਰਮ ਹੋ ਗਿਆ ਅਸੀਂ ਆਪਦਾ ਸਮਾਨ ਲਾ ਲਾਂਗੇ 5 ਦੇ ਬੋਰ 'ਤੇ, 5 ਦੇ ਬੋਰ, ਸੂਈ ਕਿੱਥੇ ਰੱਖੂ, ਸੂਈ ਉਹ ਲੋਕ ਤਾਂ ਕਹਿੰਦੇ ਨੇ ਵੀ ਅਸੀਂ 90 ਤੱਕ ਸਾਨੂੰ ਕੋਈ ਫਿਕਰ ਹੀ ਨਹੀਂ ਵੀ 90 ਤੱਕ ਜਾਣ ਦੋ, ਆਪਾਂ ਆਮ ਹੀ ਕਹਿ ਦਿੰਦੇ ਹਾਂ, ਅਸੀਂ 80 ਤੱਕ 70 ਤੱਕ ਸੂਈ ਜਾਣ ਨਹੀਂ ਦਿੰਦੇਗੇ, ਇੱਥੇ ਤੱਕ ਕੱਲ ਨੂੰ ਵਾਹ ਕੇ ਦੇਖ ਲਿਓ, ਬਾਹਰੇ ਯੂਪੀ ਆ ਟਰੈਕਟਰ ਖੜਾ ਗਾ, ਵਾਹ ਕੇ ਦੇਖ ਲਿਓ, ਵਾਹ ਕੇ ਦੇਖ ਲਓ, ਇਹਨੇ ਬਾਈ ਗੱਗੀ ਨੇ ਉਹਦੇ ਉਹਦੇ ਜਾਂਦੇ ਜਾਂਦੇ ਕਲਿੱਪ ਲਿਆ ਵੀ ਅਸੀਂ ਵਾਹਣ ਜਾਂਦੇ ਸੀ, ਜਾ ਕੇ ਦੇਖ ਲਓ ਮਾਲਵਾ ਟਰੈਕਟਰ ਤੇ ਪਈ ਹੋਊਗੀ, ਹਾਂ
ਤੇ ਫੇਰ ਵੀ ਜੇ ਕਿਸੇ ਨੇ ਦੇਖਣਾ ਆ ਕੇ ਅੱਜ ਆਪਣੇ ਕੋਲ ਟਰੈਕਟਰ ਖੜਾ 90 HP ਕਰਿਆ ਹੋਇਆਗਾ ਤੇ ਗਰਮ ਦੀ ਅਸੀਂ ਉਹ ਟਰੈਕਟਰ ਦੀ ਗਾਰੰਟੀ ਦਿੰਨੇ ਆ। ਗਾਰੰਟੀ ਲਾਉਂਗੇ ਕੋਈ 105 ਦੇ ਬੋਰ ਚ ਜਿਹਨੇ 7 ਦੇ ਨਾਲ 11 ਦੇ ਆਪਾਂ ਹੈਡ ਚੇਂਜ ਕਰਤੇ ਇਹਨੂੰ 65 ਆਪਾਂ ਕਰ ਦਿੰਨੇ ਆ 105। ਅਸੀਂ ਤਾਂ ਜੀ ਤੁਸੀਂ 105 ਨੂੰ ਛੱਡੋ, 7 ਦਾ ਤੁਸੀਂ ਜਿਹੜਾ ਮਰਜ਼ੀ ਇੰਜਨ ਕਰਾ ਲਓ, ਜੇ ਹੁਣ 105 ਦਾ ਨਹੀਂ ਕਰਾਇਆ ਵਾਲੇ ਨੇ, ਕਿਸੇ 2 ਦਾ ਕਰਾ ਲਿਆ, 100 ਦਾ ਕਰਾ ਲਿਆ, ਗਰਮ ਦਾ ਜੀ ਉਹ ਵੀ ਨਹੀਂ ਆਉਣ ਦੇਣਾ, ਗਰਮ ਦਾ ਜੀ ਉਹ ਵੀ ਨਹੀਂ ਆਉਣ ਦੇਣਾ, ਪੈਸਾ ਤਾਂ ਉਹਦਾ ਵੀ ਲੱਗਿਆ ਨਾ ਜੀ। ਰੌਲਾ ਕੀ ਆ ਵੀ ਪਾਵਰ ਵੱਧ ਜਾਂਦੀ ਹੈ ਟਰੈਕਟਰ ਦੀ, ਦਿੱਕਤ ਹੀ ਇਹ ਆਉਂਦੀ ਵੀ ਵੱਡੇ ਬੋਰ 'ਚ ਗਰਮ ਹੁੰਦਾ ਹੈ ਨਾ। ਗੱਲ ਤੁਸੀਂ ਵੀ ਬਲਜਿੰਦਰ ਜੀ ਗੱਲ ਉੱਥੇ ਆਈ ਨੇ ਮੁੜ ਕੇ, ਇੱਕ ਮਾਈ ਤਾਂ ਕਹਿੰਦੀ ਹੈਗੀ ਵੀ ਮੇਰੇ ਪੁੱਤ ਨੇ ਤਾਂ ਖੇਤੋਂ ਕੱਖ ਵੱਢ ਕੇ ਲਿਆਉਣੇ ਆ ਕੇ ਸੌਂ ਜਾਣਾ, ਇੱਕ ਮਾਈ ਕਹਿੰਦੀ ਵੀ ਮੇਰਾ ਪੁੱਤ ਤਾਂ ਪਹਿਲਵਾਨ ਬਣੇ, ਪਹਿਲਵਾਨ ਤਾਂ ਪਹਿਲਵਾਨ ਵਾਲੀ ਖੁਰਾਕ ਦੇਣੀ ਪਊ। ਆ ਸਮਝ ਲਓ ਬਾਈ ਨੇ ਹਨਾ ਗੱਲ ਕੀ ਕਹਿੰਦਾ, ਪਹਿਲਵਾਨ ਵਾਲੀ ਖੁਰਾਕ ਦਿਓ ਜੇ ਗਰਮ ਹੋ ਗਿਆ ਜਾਂ ਪਿੱਛੇ ਹਟ ਗਿਆ ਜਾਂ ਮੇਰਾ ਖੇਤ 'ਚ ਗਿਆ ਹੋਇਆ ਟਰੈਕਟਰ ਵਾਪਸ ਮੁੜਿਆ ਆ ਹਾਰ ਕੇ ਤਾਂ ਮੇਰੇ ਨਾਲ ਗੱਲ ਕਰਿਓ ਆ ਕੇ ਇੱਥੇ, ਪਰ ਤੁਸੀਂ ਉਹਨੂੰ ਖੁਰਾਕ ਪਹਿਲਵਾਨ ਵਾਲੀ ਦਿਓ, ਖੁਰਾਕ ਤਾਂ ਤੁਸੀਂ ਦਿੰਦੇ ਉਹਨੂੰ ਵਿਚਾਰੇ ਨੂੰ ਖੇਤ ਪਾਈ ਆ ਕੱਖ ਵੱਢਣ ਵਾਲੀ, ਜਿਹੜਾ ਮਰਜ਼ੀ ਗੇਅਰ ਲਾ ਲਿਓ ਤੁਸੀਂ ਛੱਡ ਦੋ ਗੇਅਰ ਵਾਲੀ ਗੱਲ, ਤਾਂ ਮੁੱਕਦੀ ਗੱਲ ਆ ਵੀ ਗਰਮ ਨਹੀਂ ਹੋਊ, ਗਰਮ ਗਰਮ ਵਾਲੀ ਤਾਂ ਤੁਸੀਂ ਭੁੱਲ ਜਾਓ, ਉਹ ਤਾਂ ਵਾਰ ਚੋ ਰੂੜੀ ਚੱਕਤੀ। ਇੱਕ ਨਾ ਆਹ ਟਰੈਕਟਰ ਖੜਾ ਬਾਈ, ਕਿਉਂ ਗੱਲਾਂ ਬਾਈ ਜੇ ਮੈਂ ਆਪਾਂ ਗੱਲਬਾਤ ਕਰਦੇ ਆ, ਉਹ ਨਹੀਂ ਜਾ ਕੇ ਏਡਾ ਕੋ ਪੁਰਜਾ ਜਾ, ਆ ਸਾਈਡ ਗੇਅਰ ਕਰਿਆ ਵੇ, ਇਹਦਾ ਸੈਂਟਰ ਹੁੰਦਾ ਹਨਾ ਬਾਈ। ਹਾਂਜੀ ਇਹ ਸੈਂਟਰ ਹੁੰਦਾ, ਬ੍ਰੇਕ ਕਰੇ ਨੇ ਕਿੱਥੇ, ਆ ਪੁਰਜਾ ਲਾਇਆਗਾ ਹੁਣ ਤੁਸੀਂ, ਚਲੋ ਆਪਾਂ ਕਿਸੇ ਮਿਸਤਰੀ ਨੂੰ ਨਹੀਂ ਲੈਂਦੇ, ਕਿਸੇ ਕੰਪਨੀ ਨੂੰ ਨਹੀਂ ਲੈਂਦੇ, ਆ ਪੁਰਜਾ ਲਾਤਾ ਰੁਪਈਆ ਇਹਨਾਂ ਦਾ 60-70 ਹਜ਼ਾਰ ਰੁਪਇਆ ਲਵਾਤਾ, ਠੀਕ ਹੈ, ਤੇ ਬ੍ਰੇਕ ਆ ਟਰੈਕਟਰ ਨੂੰ ਰੋੜ ਕੇ ਛੱਡ ਦੋ ਤਾਂ ਵੀ ਨਹੀਂ ਸੀ ਲੱਗਦੇ, ਠੀਕ ਹੈ, ਹੁਣ ਮੈਂ ਕਰਤੇ ਜੇ ਗਵਾਂਢੀਆਂ ਦੀ ਵੀ ਚੀਕਾਂ ਨਾ ਪੈਣ ਲਾਤੀਆਂ ਤਾਂ ਕਹਿ ਦਿਓ ਤੇਲ ਨਾ। ਹਾਂ ਬਾਈ ਮੈਂ ਇਹ ਜਗਾੜ ਨਹੀਂ ਕਰਦਾ ਯਾਰ ਬਲਜਿੰਦਰ, ਜਿੰਨਾ ਮੈਂ ਕੰਮ ਕਰਦਾਗਾ ਹਿੱਕ ਠੋਕ ਕੇ ਕਰਦਾਗਾ, ਆਲੇ ਨੂੰ ਕਹਿਣਾ ਵੀ ਮੈਥੋਂ ਨਹੀਂ ਹੁੰਦਾ ਉਹਦਾ ਲੈ ਜਾ, ਜਿਹੜੀ ਗੱਲ ਕਹਿਤੀ ਤੁਸੀਂ ਉਹ ਤੇ ਖਰੇ ਉਤਰਾਂਗੇ ਜੇ ਸਾਡੇ ਮੁਤਾਬਕ ਬੰਦਾ ਕੰਮ ਕਰਾਉਂਦਾਗਾ। ਤੁਸੀਂ ਸਾਈਡ ਗੇਅਰ ਦੀ ਗੱਲ ਆ ਜਾਓ, ਤੁਹਾਨੂੰ ਸਾਈਡ ਗੇਅਰ ਦਿਖਾ ਦਿੰਦੇ ਆ, 4 ਲੈਣਾ ਵਾਲੇ ਟਾਇਰ ਜੇ ਪਾਏ ਹੋਏ ਵੱਡੇ ਵੱਡੇ, ਤੇ ਕਿੰਨੇ ਹਾਰਸ ਪਾਵਰ ਕਰਿਆ, ਟਰਬੋ ਟੁਰਬੋ ਵੀ ਲਾ ਦਿੰਦੇ ਇਹਦੇ ਤੇ, ਆਪਾਂ ਟਰਬੋ ਲਾਉਣੀ ਆ, ਇਹ ਪਹਿਲਾਂ 80 ਤੋਂ 90 HP ਕੱਢੂਗਾ, 80 ਤੋਂ 90 HP ਕਿਤੇ ਵੀ ਕੱਢ ਸਕਦਾਗਾ, ਉਹ ਸੈਟਿੰਗ ਦੇ ਸਿਰ ਤੇ ਹੁੰਦਾ ਬਲਜਿੰਦਰ, ਠੀਕ ਹੈ, ਵੀ ਟਰੈਕਟਰ ਦੀ ਕਿੰਨੀ ਸੈਟਿੰਗ ਹੈਗੀ, ਠੀਕ ਹੈ ਬਾਈ, ਠੀਕ ਹੈ। ਤੇ ਇਹ ਹੁਣ ਟਰੈਕਟਰ ਖੜਾ ਸਿਰਫ ਇਕੱਲੀ ਟਰਬੋ ਤੋਂ, ਇਹ UP ਚੋਂ ਹੈ ਟਰੈਕਟਰ। ਕਿੰਨੇ HP ਦਾ ਬਣਜੂ ਟਰਬੋ ਲਾ ਕੇ ਬਾਈ? ਟਰਬੋ ਤੁਸੀਂ ਲਾ ਕੇ ਦੇਖ ਲਓ ਵੀ ਵੱਜੂਗਾ ਇਹ 8-10 ਮਤਲਬ ਦੇ ਦਿੰਦੀ ਹੈ ਟਰਬੋ ਪਾਵਰ, 90 ਆਪਾਂ ਵੀ ਹਜੇ ਟਰਬੋ ਪਹਿਲੀ ਲਾਉਣੀ ਹੈ ਇਹਦੇ, ਠੀਕ ਹੈ, ਆਪਾਂ ਲਾਈ ਨਹੀਂ, ਆਪਾਂ ਝੂਠ ਨਹੀਂ ਬੋਲਦੇ, ਆਪਾਂ ਕੋਈ ਵੀਡੀਓ ਖਾਤਰ ਨਹੀਂ ਝੂਠ ਬੋਲਣਾ, ਆਪਾਂ ਵੀ ਟਰਬੋ ਹਾਲੇ ਪਹਿਲੀ ਲਾਉਣੀ ਆ ਕਿਸਾਨ ਭਰਾਵੋ, ਟਰਬੋ ਲਾ ਕੇ ਤੁਹਾਨੂੰ ਵਿਊ ਦੇਵਾਂਗੇ, ਦੇਖਦੇ ਹਾਂ ਵੀ ਉਦੋਂ ਕਿਹੜਾ ਬਾਈ ਆ ਕੇ ਇਹਦੇ ਵੀਡੀਓ ਬਣਾਉਂਦਾ ਗਾ ਤੁਹਾਡੇ ਚੋਂ, ਠੀਕ ਹੈ ਬਾਈ, ਮਾਲ ਵੇਲੇ ਆਉਂਦੇ ਆ ਜਾਂ ਤੁਸੀਂ ਆਉਂਦੇ ਹੋਗੇ, ਕਿਹਦੇ ਕੋਲ ਵੀ ਟਾਈਮ ਹੋਇਆ, ਤੇ ਇਹ ਟਰੈਕਟਰ ਤੇ ਆਪਾਂ ਸਪੈਸ਼ਲੀ ਜ਼ੋਰ ਲਾਉਣਾ ਗਾ ਹਰ ਕੰਮ ਦਾ, ਕਿਉਂਕਿ UP ਜੋ ਆਇਆ ਹੋਇਆਗਾ, ਇਸੇ ਕਰਕੇ ਆਪਾਂ ਜਿਹੜੀ ਆ ਭੱਠੀ ਇਹਦੇ ਲਾਈ ਨਹੀਂ ਹੈਗੀ, ਕੰਮ ਚੱਲ ਰਿਹਾ ਹਜੇ, ਹਾਂ ਇਹਦਾ ਕੰਮ ਚੱਲ ਰਿਹਾ ਹੈਗਾ, ਓਕੇ ਓਕੇ ਠੀਕ ਹੈ ਬਾਈ। ਇਹ ਟਰੈਕਟਰ ਜੇ ਤੁਸੀਂ ਵਾਹ ਕੇ ਦੇਖਣਾ ਬਲਜਿੰਦਰ, ਕੱਲ ਨੂੰ ਵਾਹ ਕੇ ਵੀ ਦੇਖ ਸਕਦੇ ਹੋਗੇ, ਤੁਸੀਂ ਸਾਈਡ ਗੇਅਰ ਦੀ ਗੱਲ ਕਰਦੇ ਸੀ, ਆਜੋ ਤੁਹਾਨੂੰ 4 ਮਾਡਲ ਟਰੈਕਟਰ ਦਿਖਾਵਾਂ, 4 ਮਾਡਲ ਟਰੈਕਟਰ ਆ ਸਾਈਡ ਗੇਅਰ ਕੀਤਾ ਹੋਇਆ, ਹਾਂਜੀ ਇੱਥੇ ਬਾਈਰਾਂ ਕੋਲੇ ਹਰੇਕ ਤਰ੍ਹਾਂ ਦਾ ਟਰੈਕਟਰ ਖੜਾ, EDI ਕਰਿਆ ਜਿਹਨੂੰ ਆਪਾਂ 65 ਬੋਲਦੇ ਹਾਂ, 11-65 ਸਾਦੇ ਵੀ ਖੜੇ ਆ, ਸਾਈਡ ਗੇਅਰ ਵੀ ਖੜੇ ਆ, ਤੇ ਬ੍ਰੇਕਾਂ, ਹਾਂ ਦੇਖੋ ਤੁਸੀਂ ਇਹ ਉੱਤੇ ਸਾਈਡ ਗੇਅਰ ਦੇ ਉੱਤੇ ਬਹਿ ਕੇ ਨਾ ਪਹਿਲਾਂ ਦੀ ਫੀਲਿੰਗ ਲੈ ਕੇ ਦੇਖੋ, ਮੈਂ ਤੁਹਾਨੂੰ ਦਿਖਾਉਂਦਾ ਇੱਕ ਮਿੰਟ, ਲੈ ਇਹਦੇ ਉੱਤੇ ਬੈਠੋ ਤੁਸੀਂ ਐਂ ਦੱਸਿਓ ਵੀ ਗੇਅਰ ਦਾ ਕੋਈ ਤੁਹਾਨੂੰ ਲੱਗਦਾ ਫਰਕ ਆ, ਪਹਿਲਾਂ ਉੱਤੇ ਬੈਠੋ ਤੁਸੀਂ, ਤੇ ਨਾਲ ਨਾਲ ਇਹ ਆਪਾਂ ਆਹ ਵੀ ਕਰਿਆ ਜਗਾੜ ਜਾ ਅੱਗੇ ਪਿੱਛੇ ਵਾਲਾ, ਆਹ ਆਡੀਆ ਸਟੇਬਲ, ਹਾਂ ਠੀਕ ਆ, ਇਹ ਤਾਂ ਠਾਂ ਵੀ ਹੁੰਦਾ ਇਹ, ਹਾਂ ਇਹ ਵੀ ਹੁੰਦਾ, ਹਾਂ ਇਹਦਾ ਟਾਇਟ ਜੇ ਕਰਤਾ ਮੁੰਡਿਆਂ ਨੇ ਉੱਤੇ ਥੋੜਾ ਜਿਹਾ, ਸਟਾਰਟ ਕਰਕੇ ਦਿਖਾਈਏ, ਆਪਾਂ ਸੁਣਾਉਣੇ ਆਵਾਜ਼ ਬਾਈ, ਆਪਾਂ ਸੁਣਾਵਾਂਗੇ, ਆ ਕਰੀ ਸਟਾਰਟ ਕਰੋ ਬੋਰ ਦੀ,
ਤੇ ਉਹਨਾਂ ਦੇ ਕੀ ਹੁੰਦਾ ਗਾ ਬਾਈ ਆਹ ਜਿਹੜੀਆਂ ਚੀਜ਼ਾਂ ਲੱਗਦੀਆਂ ਸੀ ਲੱਗਦੇ ਨਾਲ ਆਪਣੇ ਪੱਟਾਂ ਦੇ ਨਾਲ ਆਹ ਸਹੀ ਆ ਹੁਣ ਖੁੱਲ੍ਹਾ ਡੁੱਲਾ ਆਪਾਂ ਨੇ ਨਾ ਆਪਦੇ ਪਿੰਡੇ ਦੇ ਉੱਤੇ ਹੰਡਾਇਆ ਇਹ ਬਾਈ ਧੁੱਪ ਛਾਂ ਪਿੰਡੇ ਦੇ ਹੰਡਾ ਕੇ ਰਿਜ਼ਲਟ ਕੱਢ ਕੇ ਤਿਆਰ ਕਰੇ ਨੇ ਇਸ ਸਮਾਨ ਠੀਕ ਆ ਆਪਾਂ ਟਰੈਕਟਰ ਉਹ ਚਲਾ ਕੇ ਦਿਖਾਉਣੇ ਆ ਬਾਈ ਜਿਹੜਾ ਚਲ ਆਜੋ ਉਹ ਚਲਾ ਕੇ ਦਿਖਾ ਦਿਓ ਸਾਨੂੰ ਕੋਈ ਢਿੱਕਾ ਨਹੀਂ ਡੈਮੋ ਦੇਖਣ ਆ ਗਏ ਬਾਈ ਦੇਖ ਸਾਰੇ ਇੱਥੇ ਨਾ ਦੇਖੀ ਟੈਸਟ ਕਰਕੇ ਦਿਖਾਇਆ ਸੀਗਾ ਟਰੈਕਟਰ ਤਾਂ ਸਾਰੇ ਭਰਾ ਦੇਖਣ ਆਏ ਕੁਛ ਤਾਂ ਖੜ੍ਹੇ ਸੀਗੇ ਅਤੇ ਬਾਕੀ ਯਾਰ ਦੇਖ ਸਾਰੇ ਤਰ੍ਹਾਂ ਦੇ ਟਰੈਕਟਰ ਆ ਕਿਸੇ ਤਰ੍ਹਾਂ ਦੇ ਜਿਵੇਂ ਹੋ ਗਿਆ 60 ਗੇਅਰਾਂ ਦੇ ਜਿਵੇਂ ਮਰਜ਼ੀ ਕੰਮ ਕਰਾਉਣਾ ਬ੍ਰੇਕਾਂ ਦਾ ਹੋ ਗਿਆ ਸਾਈਡ ਗੇਅਰ ਹੋ ਗਿਆ ਤਾਂ ਮੈਂ ਨੰਬਰ ਦਿੱਤੇ ਹੋਏ ਆ ਸਕਰੀਨ 'ਤੇ ਅਤੇ ਬਾਕੀ ਬਾਈ ਨਾ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਉਸ ਗੱਲ 'ਤੇ ਖਰਾ ਉਤਰਿਆ ਹੈ ਨਾ ਅਤੇ ਹੁਣ ਵੀ ਆਪਾਂ ਵੀਡੀਓ ਪਾ ਰਹੇ ਹਾਂ ਅਤੇ ਬਾਕੀ ਤਾਂ ਬਾਈ ਤਜਰਬਾ ਹੈਗੇ ਡਾਕਟਰ ਆਪਾਂ ਕਹਿਣੇ ਆ ਬਾਈਆਂ ਨੂੰ ਹੈ ਨਾ 60 ਗੇਅਰਾਂ ਦੇ ਕਿਉਂਕਿ ਜੇ ਗੱਲਾਂ ਕਰਨ ਲੱਗ ਜੇ ਮੈਨੂੰ ਨਹੀਂ ਲੱਗਦਾ ਯਾਰ ਗੱਲਾਂ ਮੁੱਕਣਗੀਆਂ ਕਿਉਂਕਿ ਮੇਰੇ ਵੀ ਬਹੁਤ ਸਵਾਲ ਹੁੰਦੇ ਆ ਅਤੇ ਵੀਡੀਓ ਬਾਹਲੀ ਲੰਮੀ ਜਾ ਵੜਦੀ ਹੈਗਾ ਅਤੇ ਬਾਕੀ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਹੈ ਨਾ ਧੰਨਵਾਦ ਜੀ ਤੁਹਾਡਾ ਆਇਆਂ ਦਾ ਜੀ ਜੀ ਪੰਜਾਬ 'ਚ ਵੱਸਦੇ ਅਤੇ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਫਿਰ ਨਵੀਂ ਵੀਡੀਓ ਦੇ ਨਾਲ